ਇਧਰ ਬਾਈ ਨੂੰ ਆਪਣੇ ਨੂੰ ਭਰਾ ਨੂੰ ਭਰਾ ਦਾ ਮਿਲਦਾ ਚਾਹ ਹੀ ਇੰਨਾ ਵੀ ਉਹਨੇ ਖੋਹ ਕੇ ਪੁੱਠੀ ਖੋਲਤੀ ਤੇ ਹੁਣ ਉਹ ਰੁਕਿਆ ਜੀ ਹੁੰਦਰ ਤੇ ਇੱਧਰ ਸਾਡੇ ਨਾਲ ਬੈਠੀ ਆ ਫੈਮਿਲੀ ਗੁਜਰਾਤੀ ਫੈਮਿਲੀ ਔਰ ਅੱਜ ਖਾਏਂਗੇ ਪਰਾਂਠੇ ਆਲੂ ਪਰਾਂਠਾ ਤੇ ਇਹ ਆ ਜੀ ਛੋਟਾ ਜਿਹਾ ਕੈਫੇ ਹਾਂ ਦਹੀਂ ਮਿਲ ਗਿਆ ਬਾਈ ਚਾਰ ਪੰਜ ਮੱਝਾਂ ਮੁੱਝਾਂ ਰੱਖ ਲਓ ਇੱਥੇ ਤੇ ਫਾਈਨਲੀ ਸਾਨੂੰ ਦਹੀਂ ਤੇ ਪਰੌਂਠੇ ਮਿਲ ਚੁੱਕੇ ਨੇ ਤੇ ਦੇਖ ਸਕਦੇ ਹੋ ਤੁਸੀਂ ਕਿਹਦਾ ਥੋੜਾ ਵਿਊ ਆ ਇੱਥੇ ਤੇ ਨਾਲ ਆ ਜੀ ਕੂਕ ਹਾਂ ਭਾਇਆ ਵੇਟ ਕਰ ਰਿਹਾ ਬਈ ਉਹ ਭਾਇਆ ਆਪਣਾ ਬ੍ਰੇਕਫਾਸਟ ਕਰ ਰਿਹਾ ਉਸਕਾ ਭਾਇਆ ਕੋ ਭਾਇਆ ਕੋ ਫੋਨ ਆਇਆ ਉਹ ਕਹਿੰਦਾ ਬ੍ਰੇਕਫਾਸਟ ਕਰਕੇ ਆਇਆ ਉਹ ਆ ਗਿਆ ਊਂਟ ਊਚਾ ਪੀਟ ਊਚੀ ਊਂਟ ਕੀ ਊਚ ਊਂਚੀ ਊਂਚੀ ਹੈ ਸੀ ਉੱਥੇ ਨਾ ਉਹ ਸਾਰੇ ਉੱਥੇ ਇਕੱਠੇ ਹੋ ਕੇ ਬੈਠੇ ਆ ਮੈਂ ਅਸੈਂਬਲੀ ਕਰਦੇ ਉੱਥੇ ਦਿਲ ਛੋਟ ਕੀ ਉੱਠੀ ਕੀ ਪੂਛ ਉੱਠ ਗਈ ਚੱਲ ਅਸੈਂਬਲੀ ਚ ਕੀ ਕਹਿੰਦੇ ਆ ਪੂਠ ਅਸੈਂਬਲੀ ਚ ਕਹਿੰਦੇ ਆ ਭਾਈ ਉਹ ਆ ਗਏ ਉਹ ਉੱਥੇ ਕਿ ਮੇਰਾ ਰਹਾ ਭਾਈ ਉਹਦੇ ਭਾਈ ਉਹ ਆ ਗਏ ਉਹ ਆ ਗਏ ਪ੍ਰੋਣੇ ਆ ਗਏ ਆ ਭਾਈ ਉਹ ਗੱਲਾਂ ਕਿਦਾਂ ਕਰਦੇ ਹੁਣੇ ਜਦੋਂ ਕਹਿੰਦੇ ਹੁਣੇ ਭਾਈ ਅੱਜ ਤਾਂ ਬੰਦਾ ਬਹੁਤ ਨਿਕੰਮਾ ਬੰਦਾ ਟੱਕਰ ਗਿਆ ਕੋਈ ਤੇ ਇੱਧਰ ਬਣ ਰਿਹਾ ਪਰਾਂਠਾ ਤੁਹਾਡੇ ਪਰਾਂਠੇ ਰੈਡੀ ਹੋ ਰਹੇ ਜੀ ਔਰ ਉਹ ਹਮਾਰਾ ਪਰਾਂਠੇ ਰੈਡੀ ਹੋ ਚੁੱਕੇ ਆ ਪਲੀਜ਼ ਜਲਦੀ ਦੇ ਦੇ ਬਹੁਤ ਭੁੱਖ ਲੱਗੀ ਹੈ ਜੀ ਅੱਛਾ ਯੇ ਨਾ ਹਮਨੇ ਕੋਕ ਲਿਆ ਜਬ ਭਾਈ ਨੇ ਖੋਲਾ ਨਾ ਯੇ ਫੜਕ ਸੇ ਬਾਹਰ ਆ ਗਿਆ ਹਮੇ ਐਸਾ ਲੱਗ ਰਿਹਾ ਥਾ ਜੈਸੇ ਨਾ ਪੰਜਾਬ ਕੇ ਨੇਤਾ ਐਸੇ ਅਭੀ ਇਲੈਕਸ਼ਨ ਕੇ ਲਈ ਬਾਹਰ ਫੁੜਕ ਫੁੜ ਕੇ ਬਾਹਰ ਆ ਰਹੇ ਹੈ ਜੈਸੇ ਜੇ ਕੋਕ ਪਾ ਰਹੇ ਨਾ ਵੈਸੇ ਵੋ ਨੇਤਾ ਵੋਟ ਮੰਗਣੇ ਕੇ ਲਈ ਆ ਰਹੇ ਹੈ ਜੀ ਵੋਟ ਦੇ ਦੀਜੀਏ ਲੇਕਿਨ ਕੰਮ ਕਿਸੇ ਕਾ ਨਹੀਂ ਕਰਨਾ ਅਗਰ ਭਾਜੀ ਸੁਖਵੀਰ ਬਾਦਲ ਇੱਥੇ ਆ ਆਉਂਦਾ ਤਾਂ ਕੀ ਕਹਿੰਦਾ ਭਾਜੀ ਸੁਖਵੀਰ ਬਾਦਲ ਬ੍ਰੇਕਫਾਸਟ ਹੋ ਗਿਆ ਤੇ ਬਾਈ ਨੇ ਛੱਡਤਾ ਆਪਣਾ ਬ੍ਰੇਕਫਾਸਟ ਭਰਾ ਨੂੰ ਮਿਲਣ ਦਾ ਚਾਹੀਏ ਨਾ ਸੀ ਬਾਇਓ ਕੋਈ ਮਿਲਣੇਗਾ ਚਾਹੀਏ ਨਾ ਸੀ ਤੇ ਬੰਦੇ ਨੇ ਬ੍ਰੇਕਫਾਸਟ ਛੱਡਤਾ ਕਹਿੰਦੇ ਆ ਜੇ ਘੜੇ ਦਾ ਮੂੰਹ ਖੁੱਲ੍ਹਾ ਤੇ ਚਲੋ ਹੁਣ ਚੱਲਦੇ ਹਾਂ ਭਰਾ ਨੂੰ ਮਿਲਣ ਵਾਸਤੇ ਪਿਛੜੇ ਭਰਾ ਨੂੰ ਮਿਲਣ ਵਾਸਤੇ ਜਾ ਰਹੇ ਅਸੀਂ ਆਪ ਕਹਾਂ ਸੇ ਸਾਰੇ ਕਾਪੀ ਜਾਂ ਹੋਰ ਸਪਿੰਗ ਹੈ ਨਾ ਹੋਰ ਸਪਿੰਗ ਕਾਪੀ ਪੈਨਾਮਿਕ ਮੇਂ ਪੈਨਾਮਿਕ ਵੋ ਕਾਪਰ
ਬੇਸਿਕਲੀ ਪੰਜਾਬ ਪੰਜਾਬ ਜਲੰਧਰ ਅਭੀ ਇਸਕਾ ਭਾਈ ਪਿਛੜਾ ਹੁਆ ਥਾ ਵੋ ਮਿਲ ਗਿਆ ਕੱਲ ਸ਼ਾਮ ਕੋ ਉਹਨਾਂ ਨੇ ਵੀ ਇੱਕ ਸੁਣ ਲਓ ਉਹ ਜੋ ਗਰਮ ਪਾਣੀ ਵਾਲਾ ਵੋ ਕਾ ਕਿਤਨੇ ਦੂਰ ਹੈ ਯਹਾਂ ਸੇ ਅੱਛਾ ਮੇਰੇ ਕੋਲ ਇੱਕ ਚੀਜ਼ ਬਤਾਓ ਯਹਾਂ ਪੇ ਆਪ ਕਿਆ ਕਰਨੇ ਆਏ ਹੋ ਘੁੰਮਦੇ ਹੋ ਦਰਸ਼ਨ ਅੱਛਾ ਅੱਜ ਮਹਾਤਮਾ ਬੁੱਧ ਦਾ ਜਨਮ ਦਿਨ ਹੈ ਨਾ ਫਿਰ ਅੱਜ ਕੇਕ ਕੁੱਕ ਤੋਂ ਲੈ ਕੇ ਆ ਰਹੇ ਆਪ ਕੇਕ ਅੱਛਾ ਨਹੀਂ ਲੇਕਿਨ ਯਹਾਂ ਕੇ ਨਾ ਜੋ ਲੋਕਲ ਲੋਕ ਬਹੁਤ ਅੱਛੇ ਹੈ ਸੀਸਰੀ ਬਾਤ ਹੈ ਔਰ ਯਹਾਂ ਕੇ ਜੋ ਲੋਕਲ ਲੋਕ ਬਾਹਰ ਸੇ ਦੂਸਰੇ ਬਾਹਰ ਸੇ ਲੋਕ ਆਤੇ ਨਾ ਉਹ ਲੋਕੋਂ ਕੋ ਖਰਾਬ ਕਰਤੇ ਯਹਾਂ ਕੇ ਇਹ ਚੀਜ਼ ਵੀ ਬੰਦ ਮਾਨੇ ਵਾਲੀ ਹੈ ਓਕੇ ਜੀ ਥੈਂਕ ਯੂ ਸੋ ਮਚ ਜੀ ਅਤੇ ਹਾਂਜੀ ਦੋਸਤੋ ਆ ਗਿਆ ਜੀ ਹੁੰਦਰ ਹੁੰਦਰ ਪਹੁੰਚ ਚੁੱਕੇ ਹਾਂ ਅਤੇ ਇੱਥੇ ਆਪਾਂ ਪਹੁੰਚ ਕੇ ਹੁਣ ਇੱਕ ਆ ਜੀ ਇੱਧਰ ਦੇ ਊਠ ਡਬਲ ਹੁੱਡ ਵਾਲੇ ਊਠ ਨੇ ਦੇਖੋ ਤੁਸੀਂ ਇਸ ਤਰੀਕੇ ਦੇ ਊਠ ਨੇ ਇੱਥੇ ਕਿਆ ਬਾਤ ਹੈ ਉਹ ਪ੍ਰਾਈਜ਼ ਦੇਖ ਕੇ ਵੀ ਤੇਰੀ ਉਹ ਖੁਸ਼ੀ ਬੜਾ ਅੱਜ ਮਾਮਾ ਉਹ ਤੈਨੂੰ ਦੇ ਕੇ ਖੁਸ਼ੀ ਬੜਾ ਹੋਇਆ ਅੱਜ ਇਹ ਇਸਕਾ ਭਾਈ ਆਇਆ ਜਿਸਕੇ ਲਈ ਖੁਸ਼ ਬਹੁਤ ਇਤਨੀ ਖੁਸ਼ੀ ਵੋ ਉਧਰ ਭਾਈ ਖੜਾ ਇਸਕਾ ਭਾਈ ਆ ਜਾ ਆ ਜਾ ਵੋ ਤੇਰੇ ਸਵਾਗਤ ਕੇ ਲਈ ਖੜਾ ਸਾ ਵੋ ਭਾਈ ਉੱਠ ਕੇ ਭੱਜਿਆ ਉੜ ਕੇ ਵਜਾ ਪਹਿਲਾਂ ਉੜ ਦੱਸ ਕਿਵੇਂ ਵਜਿਆ ਬਤਾ ਦਾ ਉਹਨੂੰ ਪਤਾ ਲੱਗ ਗਿਆ ਕਿ ਬਾਈ ਉਹ ਆ ਗਏ ਉਹਨੇ ਮੈਨੂੰ ਪਛਾਣਿਆ ਜਦੋਂ ਪਾਣੀ 'ਚ ਪੈਰ ਪਾਏ ਹੁਣ ਜਦੋਂ ਪਾਣੀ 'ਚ ਪੈਰ ਪਾਏ ਉਹ ਆ ਗਏ ਉਹ ਆ ਗਏ ਆਪਣੇ ਮਾਲਕ ਨੂੰ ਛੱਡ ਕੇ ਉੱਥੇ ਭੱਜਿਆ ਹੁਣ ਜਾ ਕੇ ਦੱਸਦਾ ਉਹ ਆ ਗਏ ਉਹ ਆ ਗਏ ਅੱਜ ਦਾ ਵਲੌਗ ਸ਼ੁਰੂ ਕਰ ਰਿਹਾ ਸੀ ਬਣਾਇਆ ਤਾਂ ਹੈ ਨਹੀਂ ਕੁਛ
ਤੇ ਹਾਂਜੀ ਇੱਥੇ ਇੱਕ ਊਠ ਖੜਾ ਆ, ਇਹਨੂੰ ਪੁੱਛਦੇ ਆ ਬਾਈ ਵੀ ਇੱਥੇ ਕੀ ਕਰਨ ਵਾਸਤੇ ਖੜੇ ਹੋ, ਬਾਈ ਕਿਉਂ ਖੜੇ ਹੋ ਤੁਸੀਂ ਇੱਥੇ? ਨਹੀਂ ਮਿਲਣੀ ਕੰਬਲ ਨਾਲ ਕਰਾਉਣ ਦਾ ਤੇ ਗੁੱਸੇ ਹੋਣ ਦਾ ਕੀ ਮਤਲਬ? ਗੁੱਸੇ ਹੋਣਾ ਆ, ਗੁੱਸੇ ਕਰਾਉਣਾ ਹੋਈਏ? ਹਾਂ ਜਿੱਜੇ ਨੇ ਜਿੱਜੇ ਦੀ ਮਿਲਣੀ ਕਰਾਤੀ, ਇਹ ਫੁੱਫੜ ਬੰਦੇ ਨਹੀਂ ਹੁੰਦੇ ਕੋਈ? ਨਹੀਂ ਫੁੱਫੜ ਵਿਆਹ ਨਹੀਂ ਦੇਖਣਾ, ਮੈਂ ਚੱਲਿਆ ਘਰ ਨੂੰ, ਚੱਲ ਭੂਆ ਨੂੰ ਕਹਿ ਚੱਲ ਘਰ ਚਲੀ ਆ। ਨਹੀਂ ਤੈਨੂੰ ਕਹਿੰਦੇ ਕਿ ਫੁੱਫੜ ਬੰਦੇ ਦਾ ਫੁੱਫੜ ਊਠ ਹੁੰਦੇ ਆ ਦੇਖਣਾ ਇੱਧਰ। ਭਾਈ ਗਲਤ ਗੱਲ ਨਾ ਕਹਿ ਮੈਨੂੰ, ਮੈਂ ਦੰਦੀ ਵੜ ਦਿੰਦਾ, ਮੈਂ ਦੰਦੀ ਵੀ ਵੜ ਦਿੰਦਾ ਹੁੰਦਾ ਮੇਰੇ ਮੂੰਹ ਤੇ ਨਾ, ਜਾਂ ਮੂੰਹ ਭਾਵੇਂ ਮੈਂ ਆਪ ਸਮਾਈਲ ਕਰ ਰਿਹਾ ਆ। ਹਾਂ ਮੈਂ ਭਾਵੇਂ ਪੂਛ ਲਾ ਲਾ ਤੈਨੂੰ ਕਹਿੰਦਾ ਪਿਆ, ਬੰਦਾ ਬਣ ਜਾ ਪਰਚੇ ਹੋ ਜਾ, ਐਦਾਂ ਦੰਦੀ ਵੱਢੂ ਤੇਰੇ ਮੈਂ। ਹਾਂ ਮੈਨੂੰ ਭੋਰਾ ਖਾਜ ਕਰ ਲੈਂਦੇ ਹੁਣ। ਭੂਆ ਕਿੱਥੇ ਆ? ਭੂਆ ਉੱਥੇ ਬੈਠੀ ਹੋਣੀ ਆ, ਅੰਦਰ ਗੱਲਾਂ ਬਾਤਾਂ ਮਾਰਦੀ ਆ। ਆਇਓ